14 ਫਰਵਰੀ ਨੂੰ ਭਾਰਤ ਵਿੱਚ ਐਸੀ ਦੁਰਘਟਨਾ ਵਾਪਰੀ ਜਿਸ ਨੂੰ ਅੱਜ ਵੀ ਹਰ ਦਿਲ ਯਾਦ ਕਰ ਰਿਹਾ ਹੈ, ਪੁਲਵਾਮਾ ਅਟੈਕ ਦੇ ਨਾਂ 'ਤੇ, ਜਿਸ ਦੇ ਵਿੱਚ CRPF ਦੇ 40 ਤੋਂ ਵੱਧ ਜਵਾਨ ਸ਼ਹੀਦ ਹੋਏ। ਔਰ ਇਹ ਸ਼ਹਾਦਤ ਜਿਹੜੀ ਹੋਈ ਹੈ, ਇਸ ਸ਼ਹਾਦਤ ਨੇ ਸਮੁੱਚੇ ਹਿੰਦੁਸਤਾਨੀ ਦਿਲ ਨੂੰ ਬਲੂੰਦਰ ਦਿੱਤਾ। ਅਤੇ ਅਸੀਂ ਵੱਖ ਵੱਖ ਭਾਈਚਾਰੇ ਦੇ ਲੋਕਾਂ ਨਾਲ ਇਸ ਸੰਬੰਧੀ ਗੱਲ ਕਰ ਰਹੇ ਹਾਂ, ਜਿੱਥੇ ਅਸੀਂ ਆਮ ਜਨਤਾ ਦੀ ਗੱਲ ਕਰਨ ਜਾ ਰਹੇ ਹਾਂ। ਅੱਜ ਅਸੀਂ ਬੈਠੇ ਹਾਂ ਪੱਤਰਕਾਰ ਭਾਈਚਾਰੇ ਤੋਂ ਦਿਗਵਿੰਦਰ ਸਿੰਘ ਰਾਣਾ ਜੀ ਦੇ ਨਾਲ। ਉਹਨਾਂ ਦੇ ਕੀ ਵਿਚਾਰ ਹੈ, ਜੋ ਕਿ ਕਿਹਾ ਜਾਂਦਾ ਕਿ ਪੱਤਰਕਾਰਤਾ ਜਿਹੜੀ ਹੈ ਉਹ ਸਮਾਜ ਦਾ ਤੀਸਰਾ ਨੇਤਰ ਮੰਨੀ ਜਾਂਦੀ ਹੈ, ਉਹ ਤੀਸਰਾ ਨੇਤਰ ਕੀ ਚਾਹੁੰਦਾ ਹੈ ਸਰਕਾਰ ਤੋਂ, ਜਾਂ ਇਹ ਜਿਹੜਾ ਪੁਲਵਾਮਾ ਅਟੈਕ ਹੋਇਆ ਇਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਹੈ? ਰਾਣਾ ਜੀ ਨਮਸਕਾਰ। ਸਰ, ਜਿਹੜਾ ਪੁਲਵਾਮਾ ਅਟੈਕ ਹੋਇਆ 14 ਫਰਵਰੀ ਨੂੰ, ਸਾਡੇ CRPF ਦੇ ਇੰਨੇ ਜਵਾਨ ਸ਼ਹੀਦ ਵੀ ਹੋਏ, ਉਹ 'ਚ ਇਹ ਸ਼ਹਾਦਤ ਬਹੁਤ ਵੱਡੀ ਆ। ਔਰ ਇਸ ਸ਼ਹਾਦਤ ਲਈ ਕੌਣ ਜ਼ਿੰਮੇਵਾਰ ਹੈ? ਕੀ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹੈ, ਜਾਂ ਜਿਸ ਤਰ੍ਹਾਂ ਕਿ ਆਮ ਤੌਰ 'ਤੇ ਕਿਹਾ ਜਾ ਰਿਹਾ ਕਿ ਜੈਸ਼ੇ ਮੁਹੰਮਦ ਨੇ ਇਸ ਗੱਲ ਦਾ ਜ਼ਿੰਮਾ ਲਿਆ ਕਿ ਅਸੀਂ ਅਟੈਕ ਕੀਤਾ, ਤੁਸੀਂ ਕੀ ਸਮਝਦੇ ਹੋ ਇਹਦੇ ਲਈ ਜ਼ਿੰਮੇਵਾਰੀ ਕੌਣ? ਦੇਖੋ, ਸਭ ਤੋਂ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾ ਹੈਗੀ ਹੋਈ ਇਹ, ਪਰ ਉਸ ਤੋਂ ਮੰਦਭਾਗਾ ਇਹ ਹੈਗਾ ਕਿ ਇਹਦੇ 'ਤੇ ਜਿਹੜੀ ਰਾਜਨੀਤੀ ਹੋ ਰਹੀ ਹੈ, ਵੀ ਮਤਲਬ ਦੀ ਹਰ ਸਿਆਸੀ ਪਾਰਟੀ ਦਾ ਕੋਈ ਆਗੂ ਦੇਖ ਲਓ, ਟੀ ਵੀ 'ਤੇ ਡਿਬੇਟਾਂ ਚੱਲਦੀਆਂ ਅਤੇ ਉੱਦਾਂ ਬਿਆਨਬਾਜ਼ੀ ਆਉਂਦੀ ਆ। ਕਹਿਣ ਨੂੰ ਇਹ ਕਿ ਆਪਾਂ ਸਾਰੇ ਇਕੱਠੇ ਹਾਂ ਜੀ, ਇਹਦਾ ਜਵਾਬ ਦਿੱਤਾ ਜਾਣਾ ਚਾਹੀਦਾ, ਪਰ ਜਦੋਂ ਜਵਾਬ ਦੇਣ ਦੀ ਸਰਕਾਰ ਗੱਲ ਕਰਦੀ ਹੈ ਫਿਰ ਰਾਜਨੀਤੀ ਆ ਜਾਂਦੀ ਹੈ, ਨਹੀਂ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੈ, ਫਿਰ ਦੱਸੋ ਕੀ ਹੋਣਾ ਚਾਹੀਦਾ। ਇੰਨੇ ਸਾਲ ਹੋ ਗਏ, ਮੇਰਾ ਖਿਆਲ 1990 ਤੋਂ ਸ਼ੁਰੂ ਹੋਇਆ ਇਹ ਕੰਮ, ਕਿੰਨੀਆਂ ਸਰਕਾਰਾਂ ਆਈਆਂ, ਗੱਲਾਂ ਬਾਤਾਂ ਕੀਤੀਆਂ ਸਭ ਨੇ, ਸਿਰਫ ਗੱਲਾਂ ਬਾਤਾਂ ਤੱਕ ਹੀ ਹੋਇਆ। ਵਾਜਪੇਈ ਸਾਹਿਬ ਦੇ ਟਾਈਮ 'ਤੇ ਕਾਰਗਿਲ ਹੋ ਗਿਆ, ਉਸ ਤੋਂ ਬਾਅਦ ਮਨਮੋਹਨ ਸਿੰਘ ਜੀ ਗੱਲਾਂ ਬਾਤਾਂ ਕਰਦੇ ਰਹੇ, ਹੁਣ ਇਹ ਸਰਕਾਰ ਆ ਇਹਦੀ ਕਹਿੰਦੇ ਆ ਕੜਾ ਜਵਾਬ ਦੇਵਾਂਗੇ। ਐਕਚੁਲੀ ਲੋਕਾਂ ਦੇ ਵਿੱਚ ਗੁੱਸਾ ਇਹ ਆ ਵੀ ਤੁਸੀਂ ਜੇ ਕਰਨਾ ਤਾਂ ਫਿਰ ਕਰੋ ਕੁਛ, ਇੱਕ ਵਾਰ ਮਸਲੇ ਦਾ ਹੱਲ ਹੋਣਾ ਚਾਹੀਦਾ, ਭਾਵੇਂ ਉਹ ਸ਼ਾਂਤੀ ਨਾ ਹੋਵੇ, ਭਾਵੇਂ ਉਹ ਇੱਕ ਵਾਰੀ ਰੋਜ਼ ਰੋਜ਼ ਮਰਨ ਨਾਲੋਂ ਇੱਕ ਵਾਰੀ ਮਰ ਕੇ ਹੋਵੇ। ਮੇਰਾ ਖਿਆਲ ਹੈ ਕਿ ਮੈਂ ਜੋ ਸੋਚਦਾ ਇਹੀ ਆਮ ਪਬਲਿਕ ਦਾ ਵਿਊ ਵੀ ਹੋਣੇਗਾ ਕਿ ਲੜਾਈ ਦਾ ਕੋਈ ਉੱਦਾਂ ਵੀ ਤਾਂ ਮਰਦਾ ਹੀ ਪਏ ਆ, ਇੱਕ ਵਾਰ ਆਰ ਜਾਂ ਪਾਰ ਹੋਵੇ ਔਰ ਪੂਰਾ ਇਹਦੀ ਕਸ਼ਮੀਰ ਦਾ ਮਸਲਾ ਹੱਲ ਹੋਣਾ ਚਾਹੀਦਾ, ਸ਼ਾਂਤੀ ਹੋਣੀ ਚਾਹੀਦੀ ਹੈ। ਰਾਣਾ ਜੀ, ਸਿਰਫ ਆਰ ਪਾਰ ਦੀ ਲੜਾਈ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਸਥਿਤੀ ਇਹ ਬਣ ਗਈ ਹੈ ਕਿ ਅਸੀਂ ਕਿੰਨੇ ਜਵਾਨ ਸ਼ਹੀਦ ਕਰਾਂਗੇ, ਕਿਉਂਕਿ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹਿੰਦੁਸਤਾਨ ਦੇ ਉੱਪਰ। ਇਸ ਵਾਰ ਹੋਰ ਹਮਲੇ ਅਸੀਂ ਜੋ ਹਿੰਦੁਸਤਾਨ ਸਹਿ ਨਹੀਂ ਸਕਦਾ। ਸਰਕਾਰਾਂ ਵੀ ਗੱਲ ਕਰ ਰਹੀਆਂ ਕਿ ਬਦਲਾ ਲਵਾਂਗੇ, ਲੇਕਿਨ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ, ਤੁਹਾਨੂੰ ਲੱਗਦਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਆਪਣੇ ਉਸੇ ਰੂਟੀਨ 'ਚ ਹੈ, ਆਪਣਾ ਰੈਲੀਆਂ ਕਰ ਰਹੇ ਆ, ਵਿਦੇਸ਼ੀ ਦੌਰੇ ਜਾ ਰਹੇ ਆ, ਸਨਮਾਨ ਲੈ ਰਹੇ ਆ, ਕੀ ਇਹ ਸਰਕਾਰ ਲਈ ਵਾਜਬ ਹੈ? ਨਹੀਂ, ਦੇਖੋ, ਜੋ ਦੇਸ਼ ਦੇ ਪੱਧਰ ਦੇ ਉੱਤੇ ਜੋ ਚੀਜ਼ਾਂ ਚੱਲਣੀਆਂ, ਰੂਟੀਨ ਜੋ ਤਾਂ ਚੱਲਦੀਆਂ ਰਹਿੰਦੀਆਂ, ਮੇਰਾ ਖਿਆਲ ਹੈ ਕਿ ਜੋ ਫਿਲਹਾਲ ਸਰਕਾਰ ਹੈ, ਇੱਕ ਆਮ ਪਬਲਿਕ ਦਾ ਇੱਕ ਆਮ ਆਦਮੀ ਹੋਣ ਦੇ ਨਾਤੇ ਮੈਂ ਇਹ ਮੰਨਦਾ ਕਿ ਅਗਰ ਇਹ ਸਰਕਾਰ ਵੀ ਕੁਛ ਨਹੀਂ ਕਰ ਪਾਈ ਤਾਂ ਫਿਰ ਸ਼ਾਇਦ ਫਿਊਚਰ ਦੇ ਵਿੱਚ ਕੋਈ ਵੀ ਸਰਕਾਰ ਕੁਛ ਨਹੀਂ ਕਰ ਪਾਏਗੀ। ਔਰ ਕਿੰਨੇ ਦੁੱਖ ਦੀ ਗੱਲ ਆ, ਦੇਖੋ ਫੌਜੀ ਸ਼ਹੀਦ ਹੁੰਦੇ ਆ, ਪਰ ਗੱਲ ਇਹ ਹੈ ਕਿ ਆਹਮਣੇ ਸਾਹਮਣੇ ਲੜਦੇ ਜੋ ਸ਼ਹਾਦਤ ਹੁੰਦੀ ਹੈ ਨਾ, ਉਹਦਾ ਮਜ਼ਾ ਹੀ ਕੁਛ ਹੋਰ ਹੁੰਦਾ। ਅਸੀਂ ਤਾਂ ਆਪਣੇ ਫੌਜੀਆਂ ਨੂੰ ਐਵੇਂ ਗਾਜਰ ਮੂਲੀ ਮਗਰ ਵਧਾਈ ਜਾਂਦੇ ਪਏ, ਉੱਥੇ ਉਹਨਾਂ ਨੂੰ ਲੜਨ ਦਾ ਮੌਕਾ ਦਿਓ, ਫਿਰ ਉੱਥੇ ਆਪਣੇ ਦੇਖਣ ਫਿਰ ਜਿਹੜਾ ਤਗੜਾ ਹੋਊ ਜਿੱਤ ਲਏਗਾ। ਬਿਲਕੁਲ, ਤੁਹਾਡੀ ਗੱਲ ਸਹੀ ਹੈ ਰਾਣਾ ਜੀ, ਕਿ ਇੱਕ ਵਾਰ ਇਹ ਜਿਹੜੀ ਲੜਾਈ ਹੈ, ਠੀਕ ਹੈ ਸ਼ਹੀਦ ਹੋਣ ਜੰਗ 'ਚ ਸ਼ਹੀਦ ਹੋਏਗਾ, ਉਹ ਸਾਨੂੰ ਪਤਾ ਹੈ ਕਿ ਸਾਡਾ ਜਵਾਨ ਸ਼ਹੀਦ ਹੋਇਆ, ਲੇਕਿਨ ਉਸ ਤਰ੍ਹਾਂ ਹੀ ਇਹਨਾਂ ਨੂੰ ਮਰਵਾ ਦੇਣਾ। ਰਾਣਾ ਜੀ, ਗੱਲ ਆ ਰਹੀ, ਵਾਰ ਵਾਰ ਕਈ ਚੈਨਲਸ ਨੇ ਵੀ ਗੱਲ ਕੀਤੀ ਹੈ, ਅਖਬਾਰਾਂ 'ਚ ਵੀ ਆ ਰਹੀ ਹੈ ਕਿ ਕਿਤੇ ਇਹ ਜਿਹੜੀ ਇਹ ਵਾਰਦਾਤ ਹੋਈ ਹੈ ਕਿਤੇ ਇਲੈਕਸ਼ਨ ਸਟੰਟ ਤਾਂ ਨਹੀਂ? ਨਹੀਂ, ਇਹਨੂੰ ਮੈਂ ਤਾਂ ਇਹਨੂੰ ਕੀ ਕਹਿ ਸਕਦਾ, ਹੋਣਾ ਤਾਂ ਨਹੀਂ ਚਾਹੀਦਾ ਔਰ ਸ਼ਾਇਦ ਹੋਏਗਾ ਵੀ ਨਹੀਂ, ਲੇਕਿਨ ਕੁਛ ਲੋਕ ਆ ਉਹਨਾਂ ਨੇ ਹਰ ਚੀਜ਼ ਨੂੰ, ਸ਼ਾਇਦ ਇਹ ਸਵਾਲ ਵੀ ਆਪਣੇ ਆਪ ਦੀ ਇੱਕ ਰਾਜਨੀਤੀ ਹੋ ਸਕਦਾ, ਇਹ ਵੀ ਤਾਂ ਚੀਜ਼ ਹੈ ਨਾ ਕਿ ਇਹ ਪੋਲੀਟੀਕਲ ਸਟੰਟ ਹੈ, ਇਹ ਵੀ ਜਿਹੜਾ ਕਹਿ ਰਿਹਾ ਉਹ ਵੀ ਤਾਂ ਰਾਜਨੀਤੀ ਕਰ ਰਿਹਾ ਹੋ ਸਕਦਾ ਨਾ। ਪਰ ਠੀਕ ਹੈ, ਜੇ ਕਿਸੇ ਨੂੰ ਲੱਗਦਾ ਤਾਂ ਫਿਰ ਉਹਦੀ ਉਹ ਆਪਣਾ ਅੰਦਰਲਾ ਮੈਟਰ, ਆਪਾਂ ਇਨਕੁਆਇਰੀ ਕਰਾ ਸਕਦੇ ਹਾਂ, ਕੁਛ ਵੀ ਕਰ ਸਕਦੇ ਹਾਂ। ਕੱਲ੍ਹ ਨੂੰ ਸਰਕਾਰ ਜਨਤਾ ਨੇ ਬਦਲਣੀ ਹੈ, ਜੇ ਸਰਕਾਰ ਬਦਲ ਜਾਏਗੀ, ਨਵੀਂ ਸਰਕਾਰ ਆਏਗੀ, 20 ਸਾਲ ਬਾਅਦ ਆ ਜਾਏਗੀ, ਆ ਕੇ ਇਨਕੁਆਇਰੀ ਕਰਾ ਲਵੇ। ਪਰ ਆਹ ਜਿਹੜਾ ਇਸ ਵੇਲੇ ਜਿਹੜਾ ਮੌਕਾ ਹੈ, ਇਹ ਮੌਕਾ ਇਹਨਾਂ ਗੱਲਾਂ ਨੂੰ ਕਰਨ ਦਾ ਥੋੜ੍ਹੀ ਹੈ। ਜੇ ਸਰਕਾਰ ਨੇ ਵੀ ਇਹ ਕੀਤਾ ਹੈ ਤਾਂ ਕੀ ਸਰਕਾਰ ਨੇ ਉਹਦੇ ਕੋਲ ਮਸੂਦ ਅਜ਼ਹਰ ਕੋਲ ਜਾਂ ਜੈਸ਼ੇ ਮੁਹੰਮਦ ਦੇ ਕੋਲੋਂ ਕਹਾ ਲਿਆ ਵੀ ਤੁਸੀਂ ਇੱਕ ਵੀਡੀਓ ਜਾਰੀ ਕਰੋ ਜੀ ਕਿ ਅਸੀਂ ਕਰਵਾਇਆ ਹੈ ਨਾ? ਰਾਣਾ ਜੀ, ਓਪੋਜੀਸ਼ਨ ਵੀ ਇਸ ਵੇਲੇ ਇੱਕੋ ਗੱਲ ਕਹਿ ਰਹੀ ਹੈ, ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਸਰਕਾਰ ਦੇ ਨਾਲ, ਅਗਰ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਤਾਂ ਸਮੁੱਚੇ ਤੌਰ 'ਤੇ ਸਾਰੇ ਹਿੰਦੁਸਤਾਨੀ, ਇੱਕ ਇੱਕ ਬੰਦਾ ਸਰਕਾਰ ਦੇ ਨਾਲ ਹੈ। ਫਿਰ ਸਰਕਾਰ ਜਿਹੜੀ ਹੈ, ਅੱਜ ਇੱਕ ਹਫ਼ਤਾ ਹੋ ਗਿਆ, ਉਸ ਇੱਕ ਹਫ਼ਤਾ ਲੰਘਣ ਤੋਂ ਬਾਅਦ ਵੀ 8 ਦਿਨ 9 ਦਿਨ ਲੰਘ ਆਇਆ, ਲੇਕਿਨ ਉਸ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਹੋਇਆ। ਹਾਂ, ਇੱਕ ਦੋ ਐਕਸ਼ਨ ਹੋਇਆ ਛੋਟੇ ਮੋਟੇ, ਜਿਹਨੂੰ ਅਸੀਂ ਕਹਿੰਦੇ ਡਿਪਲੋਮੈਟਿਕ ਐਕਸ਼ਨ ਹੈ ਕਿ ਪਾਣੀ ਬੰਦ ਕਰ ਦਿਓ ਜਾਂ UN ਦੇ ਵਿੱਚ ਜਿਹੜਾ ਉਹਦੀ ਨਿੰਦਾ ਕਰਵਾ ਦਿਓ, ਇਹ ਕੁਝ ਗੱਲਾਂ ਹੋਈਆਂ ਕਿ ਕੀ ਇਹ ਸਾਡੀ ਭਾਰਤ ਸਰਕਾਰ ਦੇ ਇੱਕ ਕੂਟਨੀਤੀ ਦਾ ਹਿੱਸਾ ਕਿ ਪਹਿਲਾਂ ਪਾਕਿਸਤਾਨ ਨੂੰ ਘੇਰਾਬੰਦੀ ਕੀਤੀ ਜਾਵੇ ਫਿਰ ਹਮਲਾ ਕੀਤਾ ਜਾਵੇ? ਕੁਛ ਨਹੀਂ ਹੈ ਜੀ, ਜਿਹੜੇ ਵੀ ਓਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਸਰਕਾਰ ਦੇ ਨਾਲ ਹਾਂ,
ਤਾਂ ਫਿਰ ਇੱਦਾਂ ਕਰਨ, ਇੱਕ ਉੱਥੇ ਧਾਰਾ 370 ਜਿਹੜੀ ਉਹਨੂੰ ਵਿਸ਼ੇਸ਼ ਦਰਜਾ ਦਿੰਦੀ ਹੈ, ਅੱਗੇ BJP ਕਹਿੰਦੀ ਸੀ ਵੀ ਸਾਡੇ ਕੋਲ ਮੈਜੋਰਟੀ ਹੈ ਨਹੀਂ ਗੀ, ਇਸ ਕਰਕੇ ਆਪਾਂ 370 ਨੂੰ ਨਹੀਂ ਉਹ ਖਤਮ ਕਰ ਸਕਦੇ। ਫਿਰ ਅੱਜ ਜੇ ਦੇਸ਼ ਦੇ ਆਪਾਂ ਸਾਰੇ ਨਾਲ ਹੀ ਹਾਂ ਤਾਂ ਫਿਰ ਆਓ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਤਾਂ ਕਰ ਦਿਓ 370 ਖਤਮ। ਹੁਣ ਉੱਥੇ ਕੀ ਹੋਊ ਫਿਰ ਦੱਸੋ, ਅਸੀਂ ਸਰਕਾਰ ਦੇ ਨਾਲ ਹਾਂ। ਔਰ ਮੇਰਾ ਖਿਆਲ ਆ ਕਿ ਉੱਥੇ ਪੁਆੜੇ ਦੀ ਜਿਹੜੇ 370 ਆ ਉੱਥੋਂ ਧਾਰਾ 370 ਖਤਮ ਕਰੋ। ਉੱਥੇ ਜਿਹੜਾ ਆਪਣਾ ਜਨਰੇਸ਼ਨ ਦਾ ਇੱਕ ਉਹਦਾ ਪਾਪੂਲੇਸ਼ਨ ਦਾ ਉਹ ਹੈਗਾ ਗੈਪ, ਉਹਨੂੰ ਬਰਾਬਰ ਕਰੋ। ਜਿੱਦਾਂ ਆਪਾਂ ਸਾਰੇ ਦੇਸ਼ 'ਚ ਰਲ ਮਿਲ ਕੇ ਰਹਿੰਦੇ ਹਾਂ, ਪੰਜਾਬ 'ਚ ਹਿੰਦੂ ਮੁਸਲਮਾਨ ਸਿੱਖ ਸਾਰੇ ਰਹਿੰਦੇ ਆ, ਕੋਈ ਰੋਲਾ ਨਹੀਂ ਪੈਂਦਾ। ਜਿੱਥੇ ਇੱਕ ਸਟੇਟ ਦੇ ਵਿੱਚ ਇੱਕ ਉਹਨੂੰ ਆਪਾਂ ਉਹ ਦਿੱਤਾ ਔਰ ਉਹ ਵੀ ਸਪੈਸ਼ਲ ਅਧਿਕਾਰ ਦੇ ਕੇ ਉਹਦੇ, ਤਾਂ ਫਿਰ ਉਹਦੇ ਨਾਲ ਤਾਂ ਇਹ ਚੀਜ਼ਾਂ ਹੋਣੀਆਂ ਹੀ ਆ। ਬਿਲਕੁਲ ਠੀਕ ਹੈ ਜੀ ਕਿ ਧਾਰਾ 370 ਜਿਹੜੀ ਹੈ ਜੰਮੂ ਕਸ਼ਮੀਰ ਲਾਗੂ ਹੈ, ਸਭ ਤੋਂ ਵੱਡਾ ਜੇ ਰਾਣਾ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਸਭ ਤੋਂ ਵੱਡਾ ਇੱਕ ਜੜ ਹੈ ਇਸ ਸਾਰੇ ਲੜਾਈ ਝਗੜੇ ਦੀ। ਅਗਰ 370 ਖਤਮ ਕਰ ਦਈਏ ਤਾਂ ਸਾਰਾ ਇਕੁਐਲਿਟੀ ਹੋ ਜਾਏਗੀ ਔਰ ਸਾਡਾ ਹਿੰਦੁਸਤਾਨ ਨਾ ਜੰਮੂ ਕਸ਼ਮੀਰ ਵਿਸ਼ੇਸ਼ ਦਰਜਾ ਦਿੱਤਾ ਜਾਏਗਾ, ਨਾ ਉਹਨਾਂ ਦਾ ਆਪਣਾ ਝੰਡਾ ਹੋਏਗਾ, ਨਾ ਕੁਝ ਹੋਏ, ਸਾਰਾ ਜਿਹੜਾ ਮਸਲਾ ਹੱਲ ਹੋ ਸਕਦਾ ਹੈ। ਲੇਕਿਨ ਫਿਲਹਾਲ ਵਕਤ ਹੈ, ਸਮੇਂ ਦੀ ਮੰਗ ਹੈ ਕਿ ਇਸ ਸ਼ਹਾਦਤ ਦਾ ਬਦਲਾ ਲਿਆ ਜਾਣਾ ਚਾਹੀਦਾ। ਮੈਂ ਧੰਨਵਾਦ ਕਰਦਾ ਟੁਨ ਚੈਨਲ ਦਾ ਜਿਨ੍ਹਾਂ ਨੇ ਇਸ ਸੈਂਸਿਟਿਵ ਮੁੱਦੇ ਨੂੰ ਬੜਾ ਸੀਰੀਅਸਲੀ ਲਿੱਤਾ। ਔਰ ਸਭ ਨੂੰ ਵਧੀਆ ਗੱਲ ਇਹ ਰਹੀ ਕਿ ਆਮ ਆਦਮੀ ਕੀ ਸੋਚਦਾ ਹੈ ਉਸ ਚੀਜ਼ ਨੂੰ ਮੂਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਬਜਾਏ ਕਿ ਪੋਲੀਟੀਕਲ ਬਿਆਨਬਾਜ਼ੀ ਲੈ ਕੇ ਉਸ ਚੀਜ਼ ਨੂੰ ਉਹ ਕਰਨ ਦੀ। ਸੋ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਚੀਜ਼ ਨੂੰ ਕੀਤਾ ਔਰ ਮੈਂ ਉਮੀਦ ਕਰਦਾ ਕਿ ਹਮੇਸ਼ਾ ਇੱਦਾਂ ਦੇ ਗੰਭੀਰ ਮਸਲਿਆਂ ਦੇ ਉੱਤੇ ਤੁਸੀਂ ਆਮ ਜਨਤਾ ਦੀ ਰਾਏ ਪੋਲੀਟੀਸ਼ੀਅਨਾਂ ਤੱਕ ਪਹੁੰਚਾਉਣ ਦਾ ਜ਼ਰੂਰ ਕੰਮ ਕਰੋਗੇ। ਬਹੁਤ ਬਹੁਤ ਧੰਨਵਾਦ।